ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕੀਤੇ ਹੋਏ ਉਪਕਾਰਾਂ ਨੂੰ ਭੁੱਲ ਜਾਵੇ ਉਸ ਨੂੰ ਕਿਰਤਕਣ ਕਿਹਾ ਜਾਂਦਾ, ਪਰ ਜੋ ਉਪਕਾਰ ਵੀ ਭੁੱਲ ਜਾਵੇ, ਤਲਵਾਰ ਚੁੱਕ ਕੇ ਯਾਨ ਦਾ ਬੈਰੀ ਬਣ ਜਾਵੇ, ਫਿਰ ਉਸ ਨੂੰ ਕਿਰਤਕਣ ਤੋਂ ਨੀਚ ਕੀ ਕਿਹਾ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਨੇ ਨਿਰੰਕਾਰੀ ਝੰਡੇ ਦੇ ਥੱਲੇ ਖੜਕੇ ਆਵਾਜ਼ ਦਿੱਤੀ, ਉਹ ਦੁਨੀਆਂ ਦੇ ਲੋਕੋ ਆਓ, ਮੈਂ ਨੀਚਾਂ ਨੂੰ ਉੱਚ, ਗੁਲਾਮਾਂ ਨੂੰ ਬਾਦਸ਼ਾਹ ਬਣਾਵਾਂਗਾ, ਮੈਂ ਗਿੱਦੜਾਂ ਬਣਾਵਾਂਗਾ, ਤੱਕੜੀ ਤੋਲਣ ਵਾਲਿਆਂ ਦੇ ਹੱਥਾਂ ਵਿੱਚ ਤਲਵਾਰਾਂ ਦੇਵਾਂਗਾ। ਭਾਰਤ ਦੇ ਲੋਕ ਨਿਰੰਕਾਰੀ ਝੰਡੇ ਦੇ ਥੱਲੇ ਕੱਤਰ ਹੋਣੇ ਸ਼ੁਰੂ ਹੋ ਗਏ, ਪਰ ਕਿਰਤਕਾਣਾ ਪਹਾੜੀ ਰਾਜੇ ਸਤਿਗੁਰਾਂ ਦੇ ਦੁਸ਼ਮਣ ਬਣ ਬੈਠੇ। ਅਨੇਕਾਂ ਵਾਰੀ ਤਲਵਾਰਾਂ ਚੁੱਕ ਕੇ ਮੈਦਾਨ ਵਿੱਚ ਨਿਕਲੇ, ਪਰ ਪੇਸ਼ ਨਾ ਗਈ। ਆਖਰ ਨੂੰ ਔਰੰਗਜ਼ੇਬ ਦੀ ਕਚਹਿਰੀ ਵਿੱਚ ਜਾ ਫਰਿਆਦੀ ਹੋਏ, ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ, ਬਾਦਸ਼ਾਹ ਅਸੀਂ ਤਾਂ ਤੇਰੇ ਸਦਾ ਦੇ ਗੁਲਾਮ ਹਾਂ, ਪਰ ਆਨੰਦਪੁਰ ਦੀਆਂ ਪਹਾੜੀਆਂ ਵਿੱਚ ਬੈਠਾ ਗੁਰੂ ਗੋਬਿੰਦ ਸਿੰਘ ਬਾਗੀ ਬਣਿਆ ਬੈਠਾ, ਜੇ ਇੰਤਜ਼ਾਮ ਨਾ ਕੀਤਾ ਇੱਕ ਦਿਨ ਤੇਰੇ ਤਖ਼ਤ ਤੇ ਕਬਜ਼ਾ ਕਰ ਲਵੇਗਾ। ਇੰਨੀ ਸੁਣ ਕੇ ਔਰੰਗਜ਼ੇਬ ਨੇ ਮੈਦਾਨ ਵਿੱਚ ਤਲਵਾਰ ਰੱਖ ਕੇ ਇਉਂ ਕਿਹਾ, ਬਈ ਸੰਭਾਲ।
ਲੈ
ਆਉਂਦਾ ਨਾ ਖਦਾ ਦੇ ਰੰਗ ਦਾ ਤਿਲ ਪਿੰਡ ਵਾਰੀ ਹੈ ਮੈਦਾਨ ਜੰਗ ਦਾ।
ਹੋਈ ਤੇ ਤਾਂ ਆਉਂਦਾ ਨਾ ਖੁਦਾ ਵੇ ਰੰਗ ਦਾ ਤਿਲ ਪਿੰਡ ਬਾਰੀ ਹੈ ਮੈਦਾਨ ਜੰਗ ਦਾ ਕੀਦਾ ਚੁੱਕ ਕਰੇ ਨਾ ਜੇ ਆਉਂਦੇ ਰਹਿਣ ਨੂੰ ਕੀਦਾ ਚੁੱਕ ਕਰੇ ਨਾ ਜੇ ਆਉਂਦੇ ਰਹਿਣ ਨੂੰ ਚੱਲ ਨਾ ਮਿਲੀਏ ਨਸੀਰਾ ਪੈਣ ਨੂੰ ਚੱਲ ਨਾ ਮਿਲੀਏ ਨਸੀਰਾ ਪੈਣ ਨੂੰ ਸ਼ਾਇਦ ਇਹ ਤੂਫਾਨ ਚ ਚਿਰਾਰ ਨਾ ਰਹੇ ਭੈਣ ਦੇ ਵਿੰਦਰ ਚ ਵਿਰਾਰ ਨਾ ਰਹੇ ਗਦਰ ਕਰ ਉੱਠਿਆ ਪਰ ਵੀਰ ਦੇ ਹੱਥ ਵਿੱਚ ਤਲਵਾਰ ਜੰਗੀ ਸਮਾਨ ਫੌਜਾਂ ਵੇਖ ਕੇ ਭੈਣ ਨੇ ਪੁੱਛਿਆ ਅੱਜ ਮੇਰੇ ਵੀਰ ਨੇ ਕਿਹੜੇ ਪਾਸੇ ਚੜ੍ਹਾਈ ਕੀਤੀ ਹੈ ਸੈਦ ਖਾਨ ਨੇ ਕਿਹਾ ਭੈਣੇ ਤੇਰਾ ਵੀਰ ਆਨੰਦਪੁਰ ਦੀਆਂ ਪਹਾੜੀਆਂ ਵਿੱਚ ਬੈਠੇ ਬਾਗੀ ਗੁਰੂ ਗੋਬਿੰਦ ਸਿੰਘ ਨੂੰ ਫੜਨ ਚੱਲਿਆ ਸੁਣ ਕੇ ਭੈਣ ਦੇ ਕਾਲਜੇ ਚੋਂ ਰੁੱਗ ਭਰਿਆ ਗਿਆ ਵੇ ਵੀਰਾ ਉਹ ਵੀਰ ਜਿਸ ਨੂੰ ਲੋਕ ਕਹਿੰਦੇ ਹਨ ਦੁਖੀ ਦਾਨ ਮੰਗੇ ਪਿਤਾ ਦਾਨ ਦੇਣਾ ਦਾਨੀ ਤਸਵੀਰ ਗੁਰੂ ਗੋਬਿੰਦ ਸਿੰਘ ਮਜ਼ਲੂਮ ਦੀ ਢਾਲ ਓਟ ਨੇ ਵੱਟਿਆਂ ਦੀ ਦੁਸ਼ਮਣ ਲਈ ਤੀਰ ਗੁਰੂ ਗੋਬਿੰਦ ਸਿੰਘ ਸੰਤ ਸਿਪਾਹੀ ਤਿਆਗੀ ਤੇ ਦਾਨੀ ਪੀਰ ਫਕੀਰ ਬੇਨਜ਼ੀਰ ਗੁਰੂ ਗੋਬਿੰਦ ਸਿੰਘ ਥੱਕੇ ਟੁੱਟੇ ਲਤਾੜੇ ਦੀਵਾਨਿਆਂ ਦਾ ਦਿਲ ਪੀਰ ਗੁਰੂ ਗੋਬਿੰਦ ਸਿੰਘ ਉਹ ਸ਼ਕਤੀਆਂ ਦਾ ਮਾਲਕ ਤੇਰੇ ਜਿੱਤਣ ਦਾ ਨਹੀਂ ਭੈਣ ਨਸੀਰਾ ਗਿਆਨ ਦੇ ਤੀਰ ਵੀਰ ਦੇ ਇਉਂ ਮਾਰਦੀ ਹੈ ਜੋ ਜ਼ਾਲਮ ਦਾ ਵੈਰੀ
ਮਜ਼ਲੂਮਾਂ ਦਾ ਆਰੀ ਵੇ ਨਾ ਜਾ ਨਾ ਜਾ ਵੀਰਾ ਨਾ ਜਾ ਥੋੜਾ ਮੋੜ ਪਛਾੜੀ ਵੇ ਨਾ ਜਾ ਵੀਰਾ ਨਾ ਜਾ ਥੋੜਾ ਮੋੜ ਪਛਾੜੀ ਵੇ ਛਡਾ ਕੇ ਘੋੜੇ ਦੀਆਂ ਬਾਗਾਂ ਅਨੰਦਪੁਰ ਵੱਲ ਨੂੰ ਚੱਲ ਪਿਆ।
ਇਹ ਨਸੀਰਾਂ ਪੀਰ ਬੁੱਧੂ ਸ਼ਾਹ ਦੀ ਧਰਮ ਪਤਨੀ ਅਤੇ ਸੈਦ ਕਾਲ ਦੀ ਵੱਡੀ ਭੈਣ ਸੀ, ਜਿਸ ਨੇ ਗਿਆਨ ਦੇ ਤੀਰ ਚਲਾਏ ਪਰ ਵੀਰ ਨਾ ਸਮਝਿਆ। ਆਖਿਰ ਕਲਗੀ ਧਰ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੀ, ਸ਼ਹਿਨਸ਼ਾਹ ਮੈਂ ਪੁੱਤ ਵਾਰ ਕੇ ਤੇਰੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਅੱਜ ਮੈਂ ਨਿਮਾਣੀ ਇਹ ਕਾਰਜ ਕਰਨ ਲੱਗੀ ਹਾਂ। ਇੱਕ ਪਾਸੇ ਮੇਰਾ ਰਿਹਬਰ, ਦੂਸਰੇ ਪਾਸੇ ਮੇਰਾ ਵੀਰ ਮੈਦਾਨੇ ਜੰਗ ਵਿੱਚ ਨਿਤਰ ਲੱਗੇ ਹਨ, ਨਾ ਤੇ ਸ਼ਹਿਨਸ਼ਾਹ ਮੈਂ ਤੁਹਾਡੇ ਤੇ ਵਾਰ ਚੱਲ ਸਕਦੀ ਹਾਂ ਤੇ ਨਾ ਹੀ ਵੀਰ ਦਾ ਵਿਛੋੜਾ। ਇਸ ਅਹੰਕਾਰੀ ਦੇ ਗਿਆਨ ਦਾ ਤੀਰ ਮਾਰ ਕੇ ਨਾਲ ਇੱਕ ਨਦਰੀ ਨਦਰ ਨਿਹਾਲ ਕਰ ਦਿਓ। ਭੈਣ ਨਸੀਰਾ ਸ਼ਹਿਨਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੀ ਹੈ। ਜੋ ਨਸੀਰਾ ਨੇ ਅਰਦਾਸ ਕੀਤੀ, ਬਲਦੇਵ ਸਿੰਘ ਬਿੱਲੂ, ਜਸਵੰਤ ਸਿੰਘ ਦੀਵਾਨਾ, ਨਿਸ਼ਤ ਸਿੰਘ ਛੱਤਾ ਤੇ ਗੁਰਬਖਸ਼ ਸਿੰਘ ਅਲਬੇਲੇ ਦਾ ਢਾਡੀ ਜੱਥਾ ਇਉਂ ਬਿਆਨ ਕਰਨ ਲੱਗਿਆ। ਨਜ਼ਰ ਮਿਹਰ ਦੀ
ਭੱਜ ਕੇ ਦੇਖ ਲੈ ਕਿ ਤੂੰ ਭੱਜਣਾ ਭੱਜ ਕੇ ਦੇਖ
ਦੋ ਪਲ ਦੇ ਵਿੱਚ ਅਤਾਮੀ ਤੇਰੇ ਸਿਰ ਨੂੰ ਜਿਹੜੀ Oh, my God.
ਬਾਕੀ ਨਹੀਂ ਮੇਰਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।